ਸੱਚ ਅਪਾਰ ਬੇਅੰਤ ਸੁਆਮੀ ਅਪਾਰ ਬੇਅੰਤ ਸੁਆਮੀ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਵਾਲਿਆ ਗੋਬਿੰਦ ਸਿੰਘ ਨੇ ਬੂਟਾ ਨਾਨਕ ਗੁਰੂ ਜੀ ਨੇ ਲਾਇਆ ਤੇ ਉਦਰੇ ਸੁਣਤੇ ਉਦਰੇ ਗਾਵ ਤੇ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਪ੍ਰੇਤ ਮੁਗਧ ਕੋ ਤਾਰੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰੇ ਲਾਇਆ ਗੋਬਿੰਦ ਸਿੰਘ ਨੇ
ਨਿਧਾਇਆ ਅਪਾਰ ਬੇਅੰਤ ਸੁਆਮੀ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਤੇ ਉਤਰੇ ਗਾਵ ਤੇ ਉਤਰੇ ਸੁਣ ਤੇ ਉਤਰੇ ਬਿਨ ਸੇ ਪਾਪ ਕਨੇਰੇ ਪਿਆਰਿਓ ਅੱਜ ਉਸ ਸਿੱਖੀ ਦੇ ਬੂਟੇ ਦੀ ਗੱਲ ਹੋ ਰਹੀ ਹੈ ਜਿਹੜਾ ਬੂਟਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਹੱਥੀਂ ਉਹ ਲਾਇਆ ਸੀ ਅਤੇ ਉਸ ਬੂਟੇ ਨੂੰ ਗੁਰੂ ਪਿਆਰਿਓ ਪਾਣੀ ਦੀ ਜਗ੍ਹਾ ਸ਼ਹੀਦਾਂ ਦਾ ਖੂਨ ਪਿਆ ਸੀ ਉਸ ਬੂਟੇ ਨੂੰ ਰੇਹ ਦੀ ਜਗ੍ਹਾ ਖਾਦ ਦੀ ਜਗ੍ਹਾ ਸ਼ਹੀਦਾਂ ਦੀਆਂ ਹੱਡੀਆਂ ਪਈਆਂ ਸਨ ਉਹ ਸਿੱਖੀ ਦਾ ਬੂਟਾ ਅੱਜ ਐਵੇਂ ਨਹੀਂ ਅਰਦਾਸ ਵਿੱਚ ਆਖਿਆ ਜਾਂਦਾ ਕਿ ਸਤਿਗੁਰੂ ਜਿਹੜੇ ਸਿੰਘ ਚਰਖੜੀਆਂ 'ਤੇ ਚੜ੍ਹੇ ਜਿਨ੍ਹਾਂ ਮਾਤਾਵਾਂ ਭੈਣਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ ਸਤਿਗੁਰੂ ਪਰ ਧਰਮ ਨਹੀਂ ਹਾਰਿਆ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਅਤੇ ਗੁਰੂ ਪਿਆਰੇ ਉਹ ਸਿੱਖੀ ਦਾ ਬੂਟਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰ ਕੇ ਜ਼ਾਲਮ ਦਾ
ਅਤੇ ਜ਼ੁਲਮ ਦਾ ਡਟ ਕੇ ਟਾਕਰਾ ਕੀਤਾ, ਜ਼ਾਲਮਾਂ ਨੂੰ ਸਿੱਧੇ ਰਸਤੇ ਪਾਇਆ। ਤੇ ਗੁਰੂ ਪਿਆਰਿਓ, ਇਹ ਕਿੱਥੋਂ ਸ਼ੁਰੂ ਹੋਇਆ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਚੱਲਿਆ, ਤੇ ਇਹ ਸਿੱਖੀ ਦਾ ਬੂਟਾ ਇਹ ਕਿੱਥੋਂ ਪ੍ਰਫੁੱਲਤ ਹੋਇਆ? ਤੇ ਗੁਰੂ ਪਿਆਰਿਓ, ਇੱਕ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਹਰ ਰੋਜ਼ ਵਾਂਗੂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਚੌਂਕੀ ਉੱਤੇ ਬੈਠ ਕੇ ਆਪਣੇ ਸਰੂਪ ਦਾ ਧਿਆਨ ਧਰ ਕੇ ਸਮਾਧੀ ਲਾ ਕੇ ਬੈਠੇ ਸਨ, ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੀਬੀ ਭਾਨੀ ਆਈ, ਉਹਨਾਂ ਦੀ ਸਪੁੱਤਰੀ। ਉਹਨੇ ਵੇਖਿਆ ਵੀ ਜਿਸ ਚੌਂਕੀ ਉੱਤੇ ਪਿਤਾ ਗੁਰੂ ਅਮਰਦਾਸ ਬੈਠੇ ਨੇ ਉਹਦਾ ਪਾਵਾ ਟੁੱਟਿਆ ਹੋਇਆ। ਮਨ 'ਚ ਵਿਚਾਰਿਆ ਕਿ ਜੇ ਪਿਤਾ ਜੀ ਇੱਕ ਪਾਸੇ ਨੂੰ ਹੋਣਗੇ ਤਾਂ ਚੌਂਕੀ ਹਿੱਲ ਜਾਣੀ ਹੈ। ਉਹ ਸਮਾਧੀ ਲਾ ਕੇ ਬੈਠੇ ਨੇ ਪਿਤਾ ਜੀ, ਜਿਸ ਨੂੰ ਲਾਉਣ ਵਾਸਤੇ ਜੋਗੀ ਜਤੀ ਤਪੀ ਰਿਸ਼ੀ ਮੁਨੀ ਯਤਨ ਕਰਦੇ ਨੇ। ਤੇ ਗੁਰੂ ਪਿਆਰਿਓ, ਜਦੋਂ ਬੀਬੀ ਭਾਨੀ ਨੂੰ ਪਾਵੇ ਹੇਠ ਰੱਖਣ ਵਾਸਤੇ ਹੋਰ ਕੋਈ ਚੀਜ਼ ਨਾ ਲੱਭੀ, ਉਹਨੇ ਕਾਹਲੀ ਨਾਲ ਆਪਣਾ ਹੱਥ ਪਾਵੇ ਦੇ ਹੇਠਾਂ ਦੇ ਦਿੱਤਾ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਮਾਧੀ ਖੋਲ੍ਹੀ, ਬੀਬੀ ਭਾਨੀ ਨੂੰ ਆਪਣੀ ਸਪੁੱਤਰੀ ਨੂੰ ਕੋਲ ਬੈਠੇ ਵੇਖਿਆ, ਉਸ ਦੀ ਬਾਂਹ ਦੀਆਂ ਨਾੜਾਂ ਫੁੱਲੀਆਂ ਵੇਖੀਆਂ ਤੇ ਪੁੱਛਿਆ, ਬੀਬੀ ਇਹ ਤੂੰ ਕੀ ਕੀਤਾ? ਤੂੰ ਕਿਉਂ ਬੈਠ ਰਹੀ? ਤੇਰੀ ਬਾਂਹ ਨੂੰ ਦਰਦ ਨਹੀਂ ਹੋਇਆ? ਪਿਤਾ ਗੁਰੂ ਜੀ ਦੇ ਪਿਆਰ ਵਾਲੇ ਬਚਨ ਸੁਣੇ ਬੀਬੀ ਭਾਨੀ ਕਹਿੰਦੀ, ਪਿਤਾ ਜੀ ਤੁਹਾਡੀ ਚੌਂਕੀ ਦਾ ਪਾਵਾ ਟੁੱਟ ਗਿਆ ਸੀ, ਕੋਈ ਹੋਰ ਚੀਜ਼ ਲੱਭੀ ਨਹੀਂ। ਮੈਂ ਕਿਹਾ ਵੀ ਤੁਹਾਡੀ ਸਮਾਧੀ ਨਾ ਟੁੱਟ ਜਾਵੇ, ਇਸ ਕਰਕੇ ਮੈਂ ਆਪਣਾ ਹੱਥ ਇਸ ਦੇ ਹੇਠਾਂ ਦੇ ਦਿੱਤਾ। ਤੇ ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪੁੱਤਰੀ ਤੂੰ ਇੰਨਾ ਦੁੱਖ ਸਹਾਰਿਆ। ਬੀਬੀ ਭਾਨੀ ਕਹਿੰਦੀ, ਪਿਤਾ ਜੀ ਤੁਸੀਂ ਆਪ ਪਰਮੇਸ਼ਰ ਹੋ, ਹੱਥ ਪੈਰ ਅਤੇ ਸਰੀਰ ਉਹੀ ਸਫਲ ਹੈ ਜਿਹੜਾ ਆਪਣੇ ਗੁਰੂ ਦੀ ਸੇਵਾ ਵਿੱਚ ਲੱਗ ਜਾਵੇ। ਜਦੋਂ ਇਹ ਬਚਨ ਸੁਣੇ ਵੀ ਪੁੱਤਰੀ ਨੇ ਬਾਂਹ ਦੀ ਤਕਲੀਫ ਨੂੰ ਸਹਾਰਿਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪੁੱਤਰੀ ਜਾ, ਸੰਸਾਰ ਵਿੱਚ ਤੇਰੀ ਸੰਤਾਨ ਬਹੁਤ ਵਧੇਗੀ, ਜਿਸ ਨੂੰ ਸਾਰਾ ਜਗਤ ਪੂਜੇਗਾ। ਤੇ ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪੁੱਤਰ ਮੰਗ ਲੈ, ਕੁਝ ਮੰਗਣਾ, ਤੇਰੇ ਤੇ ਬੜੇ ਪ੍ਰਸੰਨ ਹੈ। ਤਾਂ ਗੁਰੂ ਪਿਆਰਿਓ, ਪਿਤਾ ਜੀ ਦੀ ਪ੍ਰਸੰਨਤਾ ਵੇਖੀ, ਕਹਿੰਦੀ ਤੁਸੀਂ ਮੈਨੂੰ ਸਾਰਾ ਕੁਝ ਬਖਸ਼ਿਆ, ਜੇ ਕਿਰਪਾ ਕਰਨੀ ਚਾਹੁੰਦੇ ਹੋ ਤਾਂ ਇਹ ਕਰੋ, ਗੱਦੀ ਦੀ ਦਾਤ, ਇਹ ਜੋ ਗੁਰਤਾ ਗੱਦੀ ਦੀ ਦਾਤ
ਜੋ ਤੁਸੀਂ ਮੇਰੇ ਪਤੀ ਜੀ ਨੂੰ ਬਖਸ਼ੀ ਹੈ ਨਾ, ਇਹ ਮੇਰੇ ਘਰ ਵਿੱਚ ਹੀ ਰਹੇ, ਹੋਰ ਕਿਸੇ ਪਾਸ ਨਾ ਜਾਵੇ। ਅਤੇ ਬੀਬੀ ਭਾਨੀ ਜੀ ਦੀ ਇਹ ਗੱਲ ਸੁਣੀ ਪਾਤਸ਼ਾਹ ਕਹਿੰਦੇ, ਪੁੱਤਰੀ ਇਹ ਮੇਵਾ ਸੇਵਾ ਦਾ, ਇਹ ਸੇਵਕ ਦੀ ਦਾਤ ਹੈ, ਤੂੰ ਵਗਦੇ ਪਾਣੀ ਨੂੰ ਬੰਨ ਮਾਰਿਆ, ਇਹ ਸਾਰਾ ਕੁਝ ਤੇਰੇ ਘਰ ਵਿੱਚ ਰਹੇਗਾ। ਪਰ ਮੀਟ ਅੱਖਾਂ, ਜਦੋਂ ਬੀਬੀ ਭਾਨੀ ਨੇ ਅੱਖਾਂ ਮੀਟੀਆਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਪੁੱਤਰੀ ਬੀਬੀ ਭਾਨੀ ਦੇ ਸਿਰ ਤੇ ਹੱਥ ਰੱਖਿਆ ਤੇ ਕੀ ਵੇਖ ਰਹੀ ਹੈ ਵੀ ਬੀਬੀ ਭਾਨੀ ਦਾ ਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ। ਉਹਨਾਂ ਦੇ ਸਿਰ ਵਿੱਚ ਗਰਮ ਕਰਕੇ ਰੇਤਾ ਪਾਇਆ ਜਾ ਰਿਹਾ, ਉਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾ ਰਿਹਾ। ਬੀਬੀ ਭਾਨੀ ਵੇਖ ਰਹੀ ਹੈ ਕਿਧਰੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਜਾ ਰਿਹਾ, ਉਹ ਵੇਖ ਰਹੀ ਹੈ ਕਿਧਰੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦੀ ਦੇ ਰਹੇ ਨੇ। ਤੇ ਗੁਰੂ ਪਿਆਰਿਓ, ਕਿਧਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਗਰ ਦੇ ਟੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਜਾ ਰਹੇ ਨੇ, ਕਿਧਰੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾ ਰਹੇ ਨੇ। ਸਾਰਾ ਕੁਝ ਵੇਖਿਆ ਹੈ ਨਾ, ਪਰਿਵਾਰ ਖੇਰੂ ਖੇਰੂ ਹੁੰਦਾ ਵੇਖਿਆ, ਸਰਸਾ ਨਦੀ ਵੀ ਵੇਖੀ, ਅੱਖਾਂ ਖੋਲੀਆਂ। ਤੇ ਗੁਰੂ ਪਿਆਰਿਓ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪੁੱਤਰੀ ਜੇ ਘਰ ਵਿੱਚ ਗੱਦੀ ਰੱਖਣੀ ਹੈ ਤੇ ਇਹ ਸਾਰਾ ਕੁਝ ਵੇਖਣਾ ਪੈਣਾ। ਤੇ ਬੀਬੀ ਭਾਨੀ ਕਹਿੰਦੀ, ਪਿਤਾ ਜੀ ਮੈਨੂੰ ਪ੍ਰਵਾਨ ਹੈ, ਸਾਰਾ ਕੁਝ ਵੇਖਾਂਗੀ, ਸਾਰਾ ਕੁਝ ਚੱਲਾਂਗੀ, ਕਿਉਂਕਿ ਇਹ ਸਾਡੇ ਗੁਰੂ ਨਾਨਕ ਦਾ ਐਸਾ ਬੂਟਾ ਲਾਇਆ, ਇਹ ਕਦੀ ਵੀ ਕੁਮੜਾ ਨਹੀਂ ਸਕਦਾ। ਤੇ ਗੁਰੂ ਪਿਆਰਿਓ, ਉਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਸੀ ਕਿ ਪੁੱਤਰੀ ਤੂੰ ਵਗਦੇ ਪਾਣੀ ਨੂੰ ਬੰਨ ਮਾਰ ਦਿੱਤਾ, ਠੀਕ ਹੈ ਗੁਰਿਆਈ ਤਾਂ ਤੇਰੇ ਘਰ ਵਿੱਚ ਹੀ ਰਹੇਗੀ, ਪਰ ਇਸ ਵਿੱਚ ਕਲੇਸ਼ ਵੀ ਬਣਿਆ ਰਹੇਗਾ। ਤੇ ਗੁਰੂ ਪਿਆਰੇ, ਉਹ ਵਾਕਿਆ ਹੀ ਸਿੱਖੀ ਦਾ ਬੂਟਾ, ਉਹ ਸਮਾਂ ਆਇਆ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾਇਆ ਸੀ, ਉਬਲਦੀ ਦੇਗ ਵਿੱਚ ਬਿਠਾਇਆ ਸੀ, ਸਿਰ ਉੱਤੇ ਗਰਮ ਕਰਕੇ ਰੇਤ ਪਵਾਈ ਸੀ। ਤੇ ਗੁਰੂ ਪਿਆਰਿਓ, ਐਸੇ ਤਸੀਹੇ ਦਿੱਤੇ ਸਨ ਚੰਦੂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਜਦੋਂ ਦੇਗ ਵਿੱਚ ਉਬਾਲਿਆ ਨਾ, ਉਹਨਾਂ ਦਾ ਸਰੀਰ ਛਾਲੇ ਛਾਲੇ ਹੋ ਗਿਆ। ਤੇ ਗੁਰੂ ਪਿਆਰਿਓ, ਚੰਦੂ ਨੇ ਮਨ 'ਚ ਵਿਚਾਰਿਆ ਬਈ ਇਹਨਾਂ ਨੂੰ ਪਾਣੀ ਵਿੱਚ ਨਵਾ ਕੇ ਇਸ਼ਨਾਨ ਕਰਵਾ ਕੇ ਲਿਆਉਣੇ ਹੈ ਤੇ ਇਹਨਾਂ ਦੀ ਆਪਣੇ ਆਪ ਮੌਤ ਹੋ ਜਾਣੀ ਹੈ। ਜਦੋਂ ਇਸ਼ਨਾਨ ਕਰਾਉਣ ਗਏ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਦੇ ਵਿੱਚ ਲੀਨ ਹੋ ਗਏ ਸਨ, ਜਿਸ ਬਾਰੇ ਗੁਰਬਾਣੀ 'ਚ ਆਇਆ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ
ਪਾਣੀ। ਤੇ ਗੁਰੂ ਪਿਆਰਿਓ ਉਹ ਵੀ ਸਮਾਂ ਆਇਆ ਸੀ ਜਦੋਂ ਹਿੰਦੂ ਧਰਮ ਦੀ ਰੱਖਿਆ ਖਾਤਰ ਜਦੋਂ ਔਰੰਗਜ਼ੇਬ ਹਰ ਰੋਜ਼ 25 ਮਣ ਜਨੇਊ ਲਾ ਕੇ ਹਿੰਦੂਆਂ ਦੇ ਫਿਰ ਰੋਟੀ ਖਾਂਦਾ ਸੀ ਤੇ ਉਸ ਹਿੰਦੂ ਧਰਮ ਦੀ ਖਾਤਰ ਉਹਨੂੰ ਬਚਾਉਣ ਦੀ ਖਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਸੀ। ਤੇ ਐਸਾ ਸਿੱਖੀ ਦਾ ਬੂਟਾ ਗੁਰੂ ਪਿਆਰਿਓ ਇਹ ਕੈਸਾ ਸਿੱਖੀ ਦਾ ਬੂਟਾ ਹੈ। ਇੱਕ ਕਵੀ ਨੇ ਆਪਣੀ ਕਲਮ ਦੇ ਨਾਲ ਇਹ ਸਿੱਖੀ ਦੇ ਬੂਟੇ ਬਾਰੇ ਲਿਖਿਆ ਹੈ। ਉਹਨੇ ਆਪਣੀ ਕਲਮ ਨਾਲ ਬੜਾ ਸੁੰਦਰ ਲਿਖਿਆ ਹੈ ਵੀ ਉਹ ਕਿਹੜਾ ਬੂਟਾ ਹੈ ਜਿਸ ਬਾਰੇ ਉਹਨੇ ਲਿਖਿਆ ਹੈ। ਕਹਿੰਦਾ ਉਹ ਕਿਹੜਾ ਬੂਟਾ ਏ ਹਰ ਥਾਂ ਜੋ ਪਲਦਾ ਏ। ਲਿਖਦਾ ਆਰੇ ਦੇ ਦੰਦਿਆਂ ਤੇ ਰੰਬੀ ਦੀਆਂ ਧਾਰਾਂ ਤੇ ਖੈਬਰ ਦੇ ਦਰਿਆ ਵਿੱਚ ਸਰਸਾ ਦੀਆਂ ਲਹਿਰਾਂ ਤੇ ਸਤਲੁਜ ਦੇ ਕੰਢੇ ਤੇ ਲੱਖੀ ਦੇ ਜੰਗਲ ਵਿੱਚ ਰੋੜਾਂ ਤੇ ਰੱਕੜਾਂ ਵਿੱਚ ਬੰਜਰਾਂ ਵਿੱਚ ਝੱਖੜਾਂ ਵਿੱਚ ਗੜਿਆਂ ਵਿੱਚ ਮੀਹਾਂ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ। ਲਿਖਦਾ ਜਿੱਥੇ ਵੀ ਲਾ ਦੇਈਏ ਉੱਥੇ ਹੀ ਪਲਦਾ ਏ। ਸਿੱਖੀ ਦੇ ਬੂਟੇ ਦੀ ਗੱਲ ਕਰ ਰਿਹਾ। ਕਹਿੰਦਾ ਜਿੱਥੇ ਵੀ ਲਾ ਦੇਈਏ ਉੱਥੇ ਹੀ ਪਲਦਾ ਏ। ਜਿੰਨਾ ਵੀ ਛਾਂਗ ਦੇਈਏ ਉਨਾ ਹੀ ਫਲਦਾ ਏ। ਉਹ ਕਿਹੜਾ ਬੂਟਾ ਏ? ਉਹ ਸਿੱਖੀ ਦਾ ਬੂਟਾ ਏ। ਤੇ ਲਿਖਦਾ ਕਵੀ ਭੁੱਖਿਆਂ ਤ੍ਰਿਹਾਇਆਂ ਨੂੰ ਜੋ ਫਲ ਖਵਾਉਂਦਾ ਏ, ਥੱਕਿਆਂ ਤੇ ਟੁੱਟਿਆਂ ਨੂੰ ਉਹ ਛਾਂ ਵਿੱਚ ਸਵਾਉਂਦਾ ਏ। ਜੇ ਝੱਖੜ ਆ ਜਾਵੇ, ਜੇ ਹਨੇਰੀ ਆ ਜਾਵੇ, ਅਬਦਾਲੀ ਆ ਜਾਵੇ, ਕੋਈ ਨਾਦਰ ਆ ਜਾਵੇ, ਮਾਸੂਮ ਗਿਟਾਰਾਂ ਨੂੰ, ਬੇਲੋਸੀਆਂ ਘੁੱਗੀਆਂ ਨੂੰ, ਕੂੰਜਾਂ ਦੀਆਂ ਡਾਰਾਂ ਨੂੰ ਇਹ ਤੁਰਤ ਛੁਪਾ ਲੈਂਦਾ। ਸਿੱਖੀ ਦੇ ਬੂਟੇ ਦੀ ਗੱਲ ਹੋ ਰਹੀ ਹੈ ਗੁਰੂ ਪਿਆਰਿਓ। ਇਹ ਆਲਣੇ ਪਾ ਲੈਂਦਾ ਤੇ ਰਾਖਾ ਬਣ ਬਹਿੰਦਾ। ਪੈਰ ਇਸ ਦੇ ਧਰਤੀ ਤੇ ਪਰ ਆਪ ਉਚੇਰਾ ਏ। ਜੇਲਾਂ ਦੀਆਂ ਕੋਠੜੀਆਂ, ਜੰਜੀਰਾਂ ਹੱਥ ਕੜੀਆਂ, ਇਹ ਰੱਸੇ ਫਾਂਸੀ ਦੇ ਤੇ ਤੜੀਆਂ ਰਾਜ ਦੀਆਂ, ਗੁਮਰਾਹੀਆਂ ਰੰਗ ਰਲੀਆਂ ਤੇ ਕੁੜੀਆਂ ਝੰਗ ਦੀਆਂ, ਇਹਦੇ ਗੋਡਿਓ ਥੱਲੇ ਨੇ, ਇਹਦੇ ਗਿੱਟਿਓ ਥੱਲੇ ਨੇ। ਇਹ ਉਦੋਂ ਦੀ ਗੱਲ ਹੋ ਰਹੀ ਹੈ ਗੁਰੂ ਪਿਆਰਿਓ ਜਦੋਂ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਪਾਸੋਂ ਹਿੰਦੂਆਂ ਦੀਆਂ ਲੜਕੀਆਂ ਨੂੰ ਛੁਡਾਇਆ ਸੀ ਨਾ, ਜਿਹੜਾ ਲੈ ਕੇ ਜਾ ਰਿਹਾ ਸੀ, ਉਸ ਸਿੱਖੀ ਦੇ ਬੂਟੇ ਦੀ ਗੱਲ ਹੋ ਰਹੀ ਹੈ।
ਉਸ ਸਿੱਖੀ ਦੇ ਬੂਟੇ ਦੀ ਗੱਲ ਕਵੀ ਲਿਖ ਰਿਹਾ। ਗੁਮਰਾਈਆਂ ਰੰਗ ਰਲੀਆਂ ਤੇ ਕੁੜੀਆਂ ਝੰਗ ਦੀਆਂ, ਇਹਦੇ ਗੋਡਿਓਂ ਥੱਲੇ ਨੇ, ਇਹਦੇ ਗਿੱਟਿਓਂ ਥੱਲੇ ਨੇ, ਇਹਦੇ ਪੈਰੋਂ ਥੱਲੇ ਨੇ। ਜਿੱਥੇ ਦਿਲ ਇਸ ਦਾ ਏ, ਜਿੱਥੇ ਸਿਰ ਇਸ ਦਾ ਏ, ਉਹ ਥਾਂ ਉਚੇਰੀ ਏ, ਉਹ ਖੁੱਲੀ ਹਵਾ ਵਿੱਚ ਏ, ਉਹ ਪਾਕ ਫਿਜ਼ਾ ਵਿੱਚ ਏ, ਉਹ ਖਾਸ ਖੁਦਾ ਵਿੱਚ ਏ। ਜਿੱਥੇ ਨਾ ਗੈਰ ਕੋਈ, ਜਿੱਥੇ ਨਾ ਵੈਰ ਕੋਈ, ਉਹ ਕਿਹੜਾ ਬੂਟਾ ਏ, ਉਹ ਸਿੱਖੀ ਦਾ ਬੂਟਾ ਏ, ਉਹ ਸਿੱਖੀ ਦਾ ਬੂਟਾ ਏ। ਨਾਨਕ ਗੁਰੂ ਜੀ ਨੇ ਲਾਇਆ, ਪਾੜਿਆ ਗੋਬਿੰਦ ਸਿੰਘ ਨੇ, ਬੂਟਾ ਨਾਨਕ ਗੁਰੂ ਜੀ ਨੇ ਲਾਇਆ, ਪਾੜਿਆ ਗੋਬਿੰਦ ਸਿੰਘ ਨੇ। ਨਾਨਕ ਦਾਸ ਤੇਰੀ ਸ਼ਰਣਾਈ, ਨਾਨਕ ਦਾਸ ਤੇਰੀ ਸ਼ਰਣਾਈ, ਨਾਨਕ ਦਾਸ ਤੇਰੀ ਸ਼ਰਣਾਈ, ਨਾਨਕ ਦਾਸ ਤੇਰੀ ਸ਼ਰਣਾਈ। ਸਦਾ ਸਦਾ ਬਲਿਹਾਰੇ ਨਾਨਕ ਗੁਰੂ ਜੀ ਨੇ ਲਾਇਆ, ਪਾੜਿਆ ਗੋਬਿੰਦ ਸਿੰਘ ਨੇ, ਬੂਟਾ ਨਾਨਕ ਗੁਰੂ ਜੀ ਨੇ ਲਾਇਆ, ਪਾੜਿਆ ਗੋਬਿੰਦ ਸਿੰਘ ਨੇ। ਤੇ ਗੁਰੂ ਪਿਆਰਿਓ, ਉਹ ਸਿੱਖੀ ਦਾ ਬੂਟਾ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤੱਕ ਪਾਣੀ ਦੀ ਜਗ੍ਹਾ ਸ਼ਹੀਦਾਂ ਦਾ ਖੂਨ ਪੈ ਕੇ, ਖਾਦ ਦੀ ਜਗ੍ਹਾ ਹੱਡੀਆਂ ਸ਼ਹੀਦਾਂ ਦੀਆਂ ਪੈ ਕੇ ਇੰਨਾ ਫਲਦਾ ਤੇ ਫੁੱਲਦਾ ਰਿਹਾ। ਤੇ ਗੁਰੂ ਪਿਆਰਿਓ, ਐਸਾ ਸਿੱਖੀ ਦਾ ਬੂਟਾ ਗੁਰਸਿੱਖਾਂ ਨੇ, ਸਿੰਘਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਸੀ। ਤੇ ਗੁਰੂ ਪਿਆਰਿਓ, ਐਵੇਂ ਨਹੀਂ ਇੱਕ ਕਵੀ ਨੇ ਆਖਿਆ ਵੀ ਇਹ ਜਿਹੜੇ ਸ਼ਹੀਦ ਨੇ ਨਾ, ਜਿਹੜੇ ਸਿੰਘ ਸ਼ਹੀਦ ਹੋਏ ਨੇ, ਇਹ ਉਹ ਸਿੱਖੀ ਦੇ ਬੂਟੇ ਨੂੰ ਫਲ ਲੱਗੇ ਸਨ। ਕੈਸੇ ਫਲ? ਅਮਰ ਫਲ। ਐਵੇਂ ਨਹੀਂ ਆਖਿਆ ਜਾਂਦਾ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅਮਰ ਸ਼ਹੀਦ ਭਾਈ ਮਤੀ ਦਾਸ ਜੀ, ਅਮਰ ਸ਼ਹੀਦ ਭਾਈ ਮਨੀ ਸਿੰਘ ਜੀ। ਤੇ ਗੁਰੂ ਪਿਆਰਿਓ, ਐਵੇਂ ਨਹੀਂ ਕਿਸੇ ਨੇ ਲਿਖਿਆ ਵੀ ਸਤਿਗੁਰੂ ਜਿਸ ਮੌਤ ਤੋਂ ਡਰੇ ਜੱਗ ਸਾਰਾ,
ਤੇਰਾ ਸਿੱਖ ਮੂੰਹੋਂ ਮੰਗਦਾ ਤੇ ਗੁਰੂ ਪਿਆਰਿਓ। ਉਹ ਵੀ ਸਮਾਂ ਆਇਆ ਸੀ ਜਦੋਂ ਭਾਈ ਮਨੀ ਸਿੰਘ ਜੀ ਨੇ ਸ਼ਹੀਦੀ ਦਿੱਤੀ ਸੀ ਤੇ ਗੁਰੂ ਪਿਆਰਿਓ ਕੀ ਹੋਇਆ ਕਿ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਨ, ਬੜੇ ਪਿਆਰ ਨਾਲ ਸੇਵਾ ਕਰਦੇ ਸਨ। ਜਪਜੀ ਸਾਹਿਬ ਦਾ ਟੀਕਾ, ਗਿਆਨ ਰਤਨਾਵਲੀ, ਹੋਰ ਗ੍ਰੰਥ ਬਹੁਤ ਲਿਖੇ ਤੇ ਗੁਰੂ ਪਿਆਰਿਓ ਭਾਈ ਮਨੀ ਸਿੰਘ ਉਸ ਵੇਲੇ ਲਾਹੌਰ ਦਾ ਸੂਬਾ ਜ਼ਕਰੀਆ ਖਾਂ ਉਹਨੂੰ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਇਕੱਠਿਆਂ ਰਹਿਣਾ, ਮਿਲ ਕੇ ਰਹਿਣਾ ਚੰਗਾ ਨਹੀਂ ਸੀ ਲੱਗਦਾ। ਹੋਰਨਾਂ ਸੂਬਿਆਂ ਵਾਂਗ ਬੜਾ ਫਰੇਬੀ ਧੋਖੇਬਾਜ ਉੱਤੋਂ ਉੱਤੋਂ ਸਿੱਖਾਂ ਨਾਲ ਮਿੱਤਰਤਾ ਰੱਖੇ, ਪਰ ਅੰਦਰੋਂ ਸਿੱਖਾਂ ਦਾ ਪੱਕਾ ਵੈਰੀ ਸੀ। ਤੇ ਗੁਰੂ ਪਿਆਰਿਓ ਦੀਵਾਲੀ ਨੂੰ ਭਾਈ ਮਨੀ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਦਾ ਮੇਲਾ ਲਾਉਣ ਲਈ ਜ਼ਕਰੀਆ ਖਾਂ ਨੂੰ 5000 ਰੁਪਇਆ ਦੇਣਾ ਕਰ ਲਿਆ। ਬਈ ਸਿੱਖ ਆਪਣੀ ਮਨ ਮਰਜ਼ੀ ਨਾਲ ਇਹ ਮੇਲਾ ਮਨਾ ਲੈਣ, ਦੂਰੋਂ ਦੂਰੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਤੇ ਗੁਰੂ ਪਿਆਰਿਓ ਸੰਗਤਾਂ ਤਾਂ ਆਈਆਂ ਪਰ ਬਹੁਤ ਘੱਟ, ਚੜਾਵਾ ਬਣਾ ਚੜਿਆ। ਤੇ ਭਾਈ ਮਨੀ ਸਿੰਘ ਜੀ ਨੇ ਉਹ 5000 ਰੁਪਇਆ ਕਿੱਥੋਂ ਦੇਣਾ ਸੀ? ਜ਼ਕਰੀਆ ਖਾਂ ਨੇ ਸੁਨੇਹਾ ਘੱਲਿਆ ਬਈ ਜਾਂ ਤਾਂ ਮੁਸਲਮਾਨ ਬਣ ਜਾ ਭਾਈ ਮਨੀ ਸਿੰਘ, ਜਾਂ 5000 ਰੁਪਇਆ ਦੇ ਜਾਂ ਮਰਨ ਵਾਸਤੇ ਤਿਆਰ ਹੋ ਜਾ। ਤੇ ਭਾਈ ਮਨੀ ਸਿੰਘ ਨੇ ਆਖਿਆ ਵੀ ਪੈਸੇ ਅਸੀਂ ਇਸ ਲਈ ਨਹੀਂ ਤਾਰਨੇ, ਤੁਸੀਂ ਆਪਣੇ ਇਕਰਾਰ ਤੋੜ ਕੇ ਫੌਜ ਭੇਜੀ ਤੇ ਸਿੱਖਾਂ ਨੂੰ ਫੜ ਕੇ ਲੈ ਗਏ ਹੋ। ਧਰਮ ਸਾਨੂੰ ਆਪਣੀ ਜਾਨ ਨਾਲੋਂ ਵੱਧ ਪਿਆਰਾ ਹੈ। ਮੈਂ ਕਲਗੀ ਧਰ ਦਾ ਅੰਮ੍ਰਿਤ ਪੀ ਕੇ ਸਿੰਘ ਸਜਿਆ, ਸਿੱਖੀ ਨੂੰ ਦਾਗ ਨਹੀਂ ਲਾਉਣਾ। ਤੇ ਗੁਰੂ ਪਿਆਰਿਓ ਤੀਸਰੀ ਗੱਲ ਇਹ ਹੈ ਕਿ ਮੈਂ ਮਰਨ ਵਾਸਤੇ ਬੜਾ ਤਿਆਰ ਹੈ। ਤਾਂ ਗੁਰੂ ਪਿਆਰਿਓ ਕੀ ਹੋਇਆ, ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਨੂੰ ਫੌਜ ਭੇਜ ਕੇ ਫੜਵਾ ਕੇ ਆਪਣੇ ਕੋਲ ਸੱਦ ਲਿਆ ਤੇ ਗੁਰੂ ਪਿਆਰਿਓ ਸਜ਼ਾ ਦੇ ਦਿੱਤੀ ਵੀ ਭਾਈ ਮਨੀ ਸਿੰਘ ਦੇ ਅੰਗ ਅੰਗ ਕੱਟ ਦਿਓ। ਤੇ ਜਦੋਂ ਜਲਾਦ ਭਾਈ ਮਨੀ ਸਿੰਘ ਨੂੰ ਲਾਹੌਰ ਮੰਡੀ ਦੇ ਚੌਂਕ 'ਚ ਲੈ ਗਿਆ, ਸਰੀਰ ਦੇ ਵੱਡੇ ਵੱਡੇ ਟੁਕੜੇ ਕਰਨ ਲੱਗਿਆ ਤੇ ਭਾਈ ਮਨੀ ਸਿੰਘ ਕਹਿੰਦਾ, ਹੇ ਜਲਾਦਾ, ਤੂੰ ਆਪਣੇ ਮਾਲਕ ਦਾ ਹੁਕਮ ਪੂਰਾ ਕਰ, ਤੂੰ ਮੇਰੇ ਸਰੀਰ ਦੇ ਵੱਡੇ ਵੱਡੇ ਟੋਟੇ ਕਰ ਰਿਹਾ, ਕੱਲਾ ਕੱਲਾ ਅੰਗ ਕੱਟ। ਤੇ ਗੁਰੂ ਪਿਆਰਿਓ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਸੇ ਜ਼ਕਰੀਆ ਖਾਂ ਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਤੇ ਐਸੀ
ਇਹ ਸਿੱਖੀ ਐਸਾ ਸਿੱਖੀ ਦਾ ਬੂਟਾ ਜਿਸ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤੱਕ ਬੜੇ ਪਿਆਰ ਨਾਲ ਪਾਲਿਆ ਸੀ ਸਤਿਗੁਰਾਂ ਨੇ। ਤੇ ਗੁਰੂ ਪਿਆਰਿਓ, ਉਸ ਸਿੱਖੀ ਦੇ ਬੂਟੇ ਦੀ ਗੱਲ ਹੋ ਰਹੀ ਹੈ। ਬੂਟਾ ਨਾਨਕ ਗੁਰੂ ਜੀ ਨੇ ਲਾਇਆ, ਗੋਬਿੰਦ ਸਿੰਘ ਨੇ ਬੂਟਾ ਨਾਨਕ।